ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੱਡਾ ਸਵਾਗਤ ਆ ਜੀ ਅੱਜ ਦੇ ਵਲੌਗ 'ਚ। ਅਤੇ ਮੋਟਰ ਪਰ ਆਏ ਹਾਂ ਜੀ, ਲਾਈਟ ਆ ਗਈ ਆ, ਲਾਈਟ ਆ ਗਈ ਸੀ ਪਹਿਲਾਂ, ਆਈ ਹੋਈ ਸੀ ਭੱਜ ਗਈ ਦੁਬਾਰਾ, ਅਤੇ ਮੈਂ ਵਾਪਸ ਚਲੇ ਗਿਆ ਤਾਂ ਘਰ ਨੂੰ, ਅਤੇ ਹੁਣ ਦੁਬਾਰਾ ਆਇਆ, ਲਾਈਟ ਫੇਰ ਆ ਗਈ। ਚਲਾਈਏ ਪਾਣੀ, ਇੱਥੇ ਲਓ ਜੀ ਮੋਟਰ ਚਲਾ ਤੀ ਆਪਾਂ ਨੇ, ਇੱਧਰ ਵੀ ਨੱਕਾ ਖੁੱਲ੍ਹਾ ਹੈ, ਚੱਲ ਥੋੜ੍ਹਾ ਜਿਹਾ ਪਾਣੀ ਇੱਧਰ ਵੀ ਪੈ ਜੂਗਾ, ਅਤੇ ਬਾਕੀ ਚੱਲਦੇ ਹਾਂ ਇੱਧਰ, ਤੁਹਾਨੂੰ ਦਿਖਾਉਂਦੇ ਆ। ਪਾਈਪਲਾਈਨ ਦੱਬੀ ਹੋਈ ਆਪਾਂ ਨੇ ਉਹ ਸਿਰੇ ਤੱਕ, ਪਾਈਪਲਾਈਨ ਨਾਲ ਜਾਂਦਾ ਪਾਣੀ ਇੱਧਰ। ਲਓ ਜੀ ਆਪਾਂ ਆ ਗਏ ਆਪਣੇ ਪਹਿਲੇ ਨੱਕੇ ਕੋਲ, ਪਾਣੀ ਚੱਲ ਰਿਹਾ ਜੀ, ਅਤੇ ਦੋਨਾਂ ਸਾਈਡ ਨੂੰ ਪਾਣੀ ਚੱਲਦਾ ਬਾਈ, ਇੱਧਰ ਨੂੰ ਵੀ ਇੱਧਰ ਨੂੰ ਵੀ, ਇਹ ਕਿਆ ਨੂੰ ਅਲੱਗ ਪਾਣੀ ਲੱਗਦਾ, ਇਹਨੂੰ ਅਲੱਗ ਲੱਗਦਾ। ਉਹ ਲਗਿਆ ਪਾਈਪਾਂ ਲਾਈਆਂ ਹੋਈਆਂ ਆਪਾਂ ਨੇ, ਪਾਣੀ ਦੋਨਾਂ ਪਾਸੇ ਨੂੰ ਜਾਂਦਾ ਹੈ, ਅਤੇ ਉਹ ਟਰਾਂਸਫਾਰਮ ਲੱਗਿਆ ਉੱਥੇ ਪਹਿਲਾ ਨੱਕਾ ਹੈ ਆਪਣਾ, ਅਤੇ ਉਹ ਟਰਾਂਸਫਾਰਮ 'ਤੇ ਪੈਪ ਵੀ ਖੜੀ ਦਿਖਦੀ ਆ, ਉਹ ਹੁਣ ਉੱਥੇ ਪਹਿਲਾ ਨੱਕਾ ਹੈ, ਅਤੇ ਇੱਕ ਨੱਕਾ ਆਪਣਾ ਉਹ ਸਿਰੇ ਉੱਪਰ ਆ, ਅਤੇ ਚਰੀ ਕਰਕੇ ਪੈਪ ਥੋੜ੍ਹੀ ਦਿਖਦੀ ਨਹੀਂ ਹੈਗੀ, ਉਹ ਦਿਖ ਰਹੀ ਆ ਪੈਪ। ਉੱਥੇ ਆਪਣਾ ਹੈਗਾ ਤੀਆ ਨੱਕਾ, ਠੀਕ ਹੈ ਜੀ। ਅਤੇ ਪਾਣੀ ਇਹਨੂੰ ਲੱਗ ਜਾਂਦਾ, ਪਾਣੀ ਇਹਨੂੰ ਲੱਗ ਜਾਂਦਾ, ਖੇਤ ਸਾਰੇ ਖੁੱਲ੍ਹੇ ਹੈ ਜੀ, ਇਹ ਛੋਟੇ ਛੋਟੇ ਕਿਆਰੇ ਬਣਾਏ ਹੋਏ ਜੀ ਆਪਾਂ ਨੇ, ਇਹ ਉਹਦੇ ਲੇਜ਼ਰ ਕਰਕੇ ਅਲੱਗ ਅਲੱਗ ਕਿਆਰੇ ਬਣਾਏ ਹੋਏ, ਤੁਹਾਨੂੰ ਦਿਖਾਉਂਦਾ ਸਾਰੇ ਹੀ ਮੈਂ। ਅਤੇ ਉਹ ਕਿਆਰਾ ਸਭ ਤੋਂ ਨੀਵਾਂ ਹੈ ਥੱਲੇ ਵਾਲਾ ਪਹੀ ਦੇ ਨਾਲ, ਆਹ ਕਿਆਰਾ ਉਹ ਤੋਂ ਉੱਚਾ ਹੈ, ਅੱਗੇ ਕਿਆਰਾ ਉਹ ਤੋਂ ਉੱਚਾ ਹੈ, ਜਿਹੜਾ ਉਹ ਉੱਪਰ ਵਾਲਾ ਖੇਤ ਆ ਉਹ ਤੋਂ ਉੱਚਾ ਹੈ, ਮਤਲਬ ਸਾਰੇ ਸਟੈਪ ਬਾਏ ਸਟੈਪ ਬਣਾਏ ਹੋਏ ਆਪਾਂ ਨੇ। ਅਤੇ ਖੁੱਲ੍ਹਾ ਹੀ ਪਾਣੀ ਚੱਲਦਾ ਬਾਈ ਇਹਨਾਂ ਨੂੰ, ਪੱਕੀਆਂ ਵੱਟਾਂ ਪਾਈਆਂ ਹੋਈਆਂ ਆਪਾਂ ਨੇ, ਜਿਹੜੀਆਂ ਪਾਈਆਂ ਵੱਟਾਂ ਸਾਰੀਆਂ ਇਹ ਆਪਣੀ ਪੱਕੀਆਂ ਹੈ, ਪੂਰੇ ਕਿਆਰੇ ਖੇਤ ਬਣਾਏ ਹੋਏ ਆ। ਦੇਖੋ ਆ ਵੱਟ ਆਪਣੀ, ਇੱਦਾਂ ਹੀ ਉਹ ਵੱਟ ਆ ਜਿੱਥੇ ਆਪਾਂ ਨੱਕਾ ਪਹਿਲਾਂ ਦੂਆ ਨੱਕਾ ਦਿਖਾਇਆ ਤੁਹਾਨੂੰ, ਇੱਦਾਂ ਹੀ ਉਹ ਅੱਗੇ ਵੱਟ ਆ, ਇਹ ਪੱਕੀਆਂ ਵੱਟਾਂ ਜੀ। ਪਾਣੀ ਜੀਰੀ 'ਚ ਵੀ ਖੁੱਲ੍ਹਾ ਹੀ ਪੈਂਦਾ ਇਹਨਾਂ 'ਚ, ਅਤੇ ਕਣਕ 'ਚ ਵੀ ਖੁੱਲ੍ਹਾ ਹੀ ਪਾਣੀ ਪਾਉਂਦਾ ਪਾਉਂਦੇ ਆਪਾਂ, ਵੱਟਾਂ ਨਹੀਂ ਪਾਉਂਦੇ ਹੈਗੇ, ਉਹ ਬੜੇ ਕਿਆਰੇ 'ਚ ਵੱਟਾਂ ਪਾ ਲੈਂਦੇ ਆ, ਬਾਕੀ ਇਹਨਾਂ 'ਚ ਕਿਸੇ 'ਚ ਵੱਟ ਨਹੀਂ ਪੈਂਦੀ ਆ, ਤਿੰਨੇ ਕਿਆਰੇ ਖੁੱਲ੍ਹੇ ਹੀ ਇੱਕਣੀ ਭਰਦਾ, ਜਿੱਦਾਂ ਆਪਾਂ ਜੀਰੀ ਪਾਣੀ ਪਾਉਂਦੇ ਆ ਉੱਕਣੀ ਭਰਦੇ ਆ। ਅਤੇ ਆਹ ਆਪਣਾ ਹੈਗਾ ਜੀ ਤੀਆ ਨੱਕਾ, ਉਰੇ ਤੀਆ ਨੱਕਾ ਚੱਲਦਾ ਜੀ ਆਹ, ਉਰੇ ਵੀ ਉੱਦਾਂ ਹੀ ਸਿਸਟਮ ਕਰਿਆ ਹੋਇਆ ਪਾਣੀ ਇੱਧਰ ਉੱਧਰ ਲਾਉਣ ਨੂੰ। ਅਤੇ ਆਹ ਐਤਕੀ ਬਾਈ ਆਪਾਂ ਨੇ ਪੈਪ ਲਾਈ ਆ, ਪਹਿਲਾਂ ਨਾ ਜਿਹੜੇ ਬੰਦੇ ਨੇ ਬਣਾਈ ਤੀ ਆਹ ਟੈਂਕੀ ਕਹਿੰਦੇ ਆ, ਕੋਈ ਢੋਲਕੀ ਕਹਿੰਦੇ, ਕੋਈ ਚਵੱਚਾ ਕਹਿੰਦੇ ਹੈ ਨਾ, ਅਤੇ ਇਹ ਬਾਈ ਨੇ ਉੱਚਾ ਬਣਾ ਤਾ ਜੀ। ਉਹ ਦੇਖੋ ਥੱਲੇ ਹਜੇ ਵੀ ਕਈ ਵਾਰ ਪੈਪ ਖੁੱਲ੍ਹ ਜਾਂਦੀ ਨਾ, ਥੱਲੇ ਟੋਆ ਪੈ ਜਾਂਦਾ ਜੀ, ਫਿਰ ਟੋਆ ਪੈ ਕੇ ਨਾ ਪਾਣੀ ਥੱਲੇ ਨੂੰ ਲੀਕ ਕਰਕੇ ਇੱਧਰ ਨਿਕਲਦਾ, ਤੁਹਾਨੂੰ ਦਿਖਾਉਂਦਾ ਨਿਕਲਦਾ ਵੀ ਆ, ਦੇਖ ਲਓ ਇਹ ਲੀਕ ਕਰਕੇ ਪਾਣੀ ਉੱਧਰ ਤੋਂ ਥੱਲੇ ਟੈਂਕੀ ਦੇ ਥੱਲੇ ਨੂੰ ਪਾਣੀ ਆ ਕੇ ਇੱਧਰ ਆਈ ਜਾਂਦਾ, ਇਹ ਬੰਦ ਕਰਨਾ ਪੈਂਦਾ, ਇੱਥੇ ਮਿੱਟੀ ਲਾਉਣੀ ਪੈਂਦੀ ਆ। ਅਤੇ ਕਈ ਵਾਰ ਪੈਪ ਖੁੱਲ੍ਹ ਜਾਂਦੀ ਹੈ ਆਪਣੀ, ਇਹ ਜਦੋਂ ਖੁੱਲ੍ਹ ਜਾਂਦੀ ਆ ਪੈਪ ਫਿਰ ਇੱਥੇ ਪਾਣੀ ਟੋਆ ਪੈ ਜਾਂਦਾ, ਫਿਰ ਪੈਪ ਲਾ ਕੇ ਨਾ ਐਤਕੀ ਆਪਾਂ ਨੇ ਗਾਹਾਂ ਕੱਢਤੀ ਸੀ, ਪਰ ਉੱਥੇ ਵੀ ਥੋੜ੍ਹਾ ਜਿਹਾ ਉਹਨੇ ਗੈਪ ਜਿਹਾ ਕਰਤਾ ਪਾਣੀ ਨੇ। ਅਤੇ ਆਹ ਬਾਈ ਜੀਰੀ ਆਪਣੀ ਸਾਰੀ, ਉਹ ਇਹ 'ਚ ਵੀ ਐਤਕੀ ਇਹ 'ਚ ਵੀ ਆਪਾਂ ਨੇ ਵੱਟ ਪਾਈ, ਐਤਕੀ ਪਹਿਲੀ ਵਾਰ ਪਾਈ, ਅੱਗੇ ਕਦੇ ਪਾਈ ਨਹੀਂ ਹੈਗੀ, ਅੱਗੇ ਸਾਰਾ ਖੁੱਲ੍ਹਾ ਹੀ ਹੁੰਦਾ, ਐਤਕੀ ਪਹਿਲੀ ਵਾਰ ਵੱਟ ਪਾਈ ਇਹਦੇ ਵਿੱਚ। ਬਾਕੀ ਆਹ ਕਿਆਰੇ ਖੁੱਲ੍ਹੇ ਹੀ ਆ, ਅੱਗੇ ਇੱਕ ਵੱਟ ਇੱਥੇ ਆ, ਇੱਕ ਉਹਦੇ ਅੱਗੇ ਆ, ਤਿੰਨ ਕਿਆਰੇ ਆਪਣੇ ਅਲੱਗ ਬਣਾਏ ਹੋਏ ਆ। ਅਤੇ ਪਾਣੀ ਚੱਲਦਾ ਹੀ ਆ, ਦੇਖੋ ਥੈਂਕ ਯੂ। ਅਤੇ ਆਪਣੀ ਬਾਈ ਹੈਗੀ ਆ PR 128 ਜੀਰੀ ਆ, ਠੀਕ ਆ ਜੀ। ਮੈਂ ਤੁਹਾਨੂੰ ਦੂਏ ਫਰੰਟ ਕੈਮਰੇ ਨਾਲ ਵੀ ਦਿਖਾ ਦਿੰਦਾ ਜੀਰੀ ਆਪਣੀ ਬਾਈ, ਬਹੁਤ ਵਧੀਆ ਹੈ, ਬਿਮਾਰੀ ਤਾਂ ਹੈਗੀ ਆ, ਜਿਕਣਾ ਆਹ ਤੱਗੀ ਆ ਛੋਟੀ ਜਿਹੀ ਇੱਕ ਥੱਲੇ, ਬਾਕੀ ਸਾਰੀ ਜੀਰੀ ਆਪਣੀ ਇੱਕ ਬਰਾਬਰ ਆ, ਕਿਤੇ ਕਿਤੇ ਤੱਗੀ ਜ਼ਰੂਰ ਹੈਗੀ ਆ, ਕਿਉਂਕਿ ਬਿਮਾਰੀ ਆ ਬਾਈ ਹਰੇਕ ਨੂੰ, ਬੀਜ ਨੂੰ ਐਤਕੀ ਬਿਮਾਰੀ ਆ, ਕਿ 26 ਨੂੰ ਘੱਟ ਆ, ਬਾਕੀ ਸਭ ਨੂੰ ਹੈਗੀ ਆ, ਤੁਹਾਨੂੰ ਪਤਾ ਹੀ ਆ, ਪਰ ਆਪਣੇ ਮਹਾਰਾਜ ਦੀ ਕਿਰਪਾ ਨਾਲ ਬਚਾਓ ਹੈਗਾ ਥੋੜ੍ਹਾ ਜਿਹਾ, ਆਪਣੇ ਬਿਮਾਰੀ ਘੱਟ ਆ, ਹੈਗੀ ਜ਼ਰੂਰ ਆ, ਇਹ ਨਹੀਂ ਕਹਿੰਦੇ ਵੀ ਹੈ ਨਹੀਂ, ਪਰ ਹੈਗੀ ਜ਼ਰੂਰ ਆ, ਪਰ ਘੱਟ ਆ। ਅਤੇ ਆਹ ਦੇਖ ਲਓ ਜੀ, ਆਹ ਵੱਟ ਪਾਈ ਹੋਈ ਆਪਣੇ, ਪੱਕੀ ਵੱਟ ਆ ਜੀ ਇਹ, ਇਹ ਪੱਕੀਆਂ ਵੱਟਾਂ ਇੱਕਣੀਆਂ ਪਾਈਆਂ ਹੋਈਆਂ, ਜੀਰੀ 'ਚ ਵੀ ਇੱਕਣੀ ਰਹਿੰਦੀਆਂ, ਕਣਕ 'ਚ ਵੀ ਇੱਕਣੀ ਰਹਿੰਦੀਆਂ, ਪਾਣੀ ਖੁੱਲ੍ਹਾ ਹੀ ਪੈਂਦਾ ਬਾਈ ਨੇ ਸਾਰਿਆਂ 'ਚ। ਆਹ ਖੇਤ ਆ ਜਿਹੜਾ ਉਹ ਪਿੱਛੇ ਖੇਤ ਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਉੱਪਰ ਵਾਲਾ, ਉਹ ਬੜਾ ਹੈ, ਉਹਦੇ 'ਚ ਆਪਾਂ ਵੱਟਾਂ ਪਾ ਲੈਂਦੇ ਹਾਂ, ਪਾਣੀ ਪਰ ਉਹ 'ਚ ਵੀ ਖੁੱਲ੍ਹਾ ਹੀ ਪੈਂਦਾ, ਉੱਦਾਂ ਕਿਆਰੇ ਜੇ ਬਣਾ ਲਈਏ ਪਾਣੀ ਟੁੱਟੇ ਨਾ ਕਿੱਧਰ ਇੱਧਰ ਉੱਧਰ ਨੂੰ, ਉੱਦਾਂ ਵੱਟਾਂ ਜੀਆਂ ਪਾ ਦੇਣੀਆਂ ਵਿੱਚ, ਪਰ ਉਹ ਵੀ ਕੋਈ ਉਹ ਨਹੀਂ ਹੈਗਾ ਵੀ ਵਿੱਚ ਖਾਲ ਪਾ ਕੇ ਜਾਂ ਕਿੱਦਾਂ, ਪਾਣੀ ਉਹ 'ਚ ਵੀ ਖੁੱਲ੍ਹਾ ਹੀ ਜਾਂਦਾ ਇਹਨਾਂ 'ਚ ਵੀ, ਸਾਰਿਆਂ 'ਚ ਕਣਕ ਵੀ ਬਾਈ ਪਾਣੀ ਇੱਕਣੀ ਖੁੱਲ੍ਹਾ ਜਾਂਦਾ। ਆਹ ਟੈਂਕੀ ਪਹਿਲੀ ਤੁਸੀਂ ਪਹਿਲੀ ਹੈ, ਇੱਥੇ ਦੋ ਨੰਬਰ ਹੈ, ਇਹ ਵੀ ਬਾਈ ਵੱਟ ਆ ਪੱਕੀ, ਉਹ ਪੱਕੀਆਂ ਵੱਟਾਂ ਬਾਈ ਸਾਰੀਆਂ ਆਪਣੀਆਂ, ਪਾਣੀ ਖੁੱਲ੍ਹਾ ਹੀ ਚੱਲਦਾ। ਅਤੇ ਉਹ ਥੱਲੇ ਜਿਹੜੇ ਆਪਣੇ 26 ਲਾਈ ਹੋਈ ਜਿਹੜੀ ਆਪਣੀ ਨਿਸਰਗੀ, ਉਹ 'ਚ ਵੀ ਬਾਈ ਉਹ 'ਚ ਆਪਾਂ ਨੂੰ ਖਾਲ ਪਾ ਕੇ ਨਾ ਲੰਬੀ, ਕਿਉਂਕਿ ਖੇਤ ਉਹ ਜ਼ਿਆਦਾ ਲੰਬਾ ਹੈ, ਪਹੀ ਦੇ ਨਾਲ ਨਾਲ ਖਾਲ ਪਾ ਕੇ
कणक के टाइम च, फिर क्यारे बना के उन्होंने पानी लाई दा। जीरी च खुला ही चलता बई, जीरी च हो मैं तकरीबन यह सवा दो किले आ, दो सवा दो किले का टाका है, तो अपने एक बट पाई हुई बिच वो भी पक्की हो। जीरी च सारे जो खुला ही पानी चलता, कणक च बट्टा पा लेंगे बई अपना, लेजर करा लेंदा बई मैं दो साल बाद लेजर करा लीदा खेत, तो पानी की कोई दिक्कत बहुत ही अपन आती नहीं हैगी, बहुता जगह कह दी भी कि तगी रह गई पानी नहीं चढ़ा इदा उदा, अपने दो साल बाद लेजर करा लीदा तो वधिया चलता बई अपना। तो हुण इहनू थोड़ी जिहा थोनू मैं दिखाउंदा, पत्ते लग गया देखो आह साइड आ सारी, वो पही दे नाल पीले जिहे होण लग गए इहदे पर, आपां हुण देखदे आं स्प्रे करूंगे। स्प्रे एक रहिंदी आ मेरी ताकत दी, मैं कहिंदा कर देवां जे निसरने ते पहलां, थोड़ी जिही गर्मी करके बई अजे चक्किया नहीं पंप, थोड़ी जिही गर्मी थोनू पता ज़्यादा हुई भी आ क्योंकि आपे करनी है, मैं आपे करदा बईआं बुईआं ते आपां कराउंदे नहीं हैगे, है ना, आपे करदा। तो थोड़ी जिही गर्मी करके बई गर्मी ज़्यादा है, बड़ा ठंडा जिहा हो जाए मौसम, तो कल मौसम ठंडा था पर कल त्रिलोचन नाल मैं फोन लेके चले गया, उहदे नाल फोन ठीक करवाउण गया सी, तो उधर थोड़ा टाइम लग गया, नहीं कल हो जाणी थी। चलो कोई नहीं, मौसम तो एक फिर तुहानूं पता ही है जिद्दां दी बदलवाई हल्की जी हुई, आपां उद्दां सारी नूं स्प्रे कर देनी, फिर आए हैं फिर भाई सारी नूं स्प्रे हो जूगी एक दिन च, क्योंकि आह जिहड़ी छब्बी अपनी पिछे निसरी खड़ी आ इहदे पर आपां तेल लई स्प्रे करनी आ, ते इहदे पर जिहड़ी आह है इहदे पर आपां करनी आ थोड़ी जी ताकत दी, जिहनूं ग्रोथ दी वी कह दिंदे आपां, ਉਹ ਸਪਰੇਅ ਕਰਨੀ ਆਪਾਂ ਨੇ, ਅਤੇ ਉਹ ਦੇਖਦੇ ਹਾਂ ਰੱਬ ਸੁ ਕਿਰਪਾ ਕਰੇ ਤਾਂ ਜਿੱਦਾਂ ਮੌਸਮ ਠੰਡਾ ਜਿਹਾ ਹੋਇਆ ਤਾਂ ਉੱਦਾਂ ਬਾਈ ਆਪਣੇ ਸਪਰੇਅ ਕਰ ਲੈਣੀ। ਅਤੇ ਬਾਕੀ ਇੱਧਰ ਵੀ ਛੱਬੀ ਆਪਣੀ ਤੁਹਾਨੂੰ ਦਿਖਾਉਂਦਾ ਨਿਸਾਈ ਦੀ, ਆਹ ਛੱਬੀ ਆਪਣੀ ਨਿਸਰੀ ਹੋਈ ਆ, ਇਹਦੇ ਪਰ ਕਰਨੀ ਆਪਾਂ ਨੇ ਤੇਲੇ ਦੀ ਸਪਰੇਅ ਰਹਿੰਦੀ ਹੈ ਇਹਦੇ ਪਰ ਕਰਨੇ ਨੂੰ, ਥੋੜ੍ਹੀ ਗਰਮੈਸ਼ ਹੋ ਗਈ, ਮੈਂ ਕਿਤੇ ਬਿਮਾਰੀ ਪੈ ਨਾ ਜਾਵੇ ਤਾਂ ਪਹਿਲਾਂ ਹੀ ਕਰ ਲਈਏ। ਅਤੇ ਲਓ ਜੀ ਜੱਸ ਦੀ ਮੋਟਰ ਪਰ ਆਏ ਆ ਜੀ, ਜੱਸ ਦਾ ਇੱਕ ਟਰਾਂਸਫਾਰਮ ਦਾ ਫਿਊਜ ਕਹਿੰਦਾ ਝੜਿਆ ਹੋਇਆ ਉਹ ਲਾਉਣਾ ਹੈ, ਉਹਦਾ ਫੋਨ ਆਇਆ ਤਾਂ ਮੋਟਰ ਪਰ ਨੂੰ ਆ ਗਏ, ਅਤੇ ਪਿੱਛੇ ਖੜਾ ਜੀ ਗਿਉਂਡੀ ਯਾਰ ਕੁੰਜ ਬਾਈ, ਇਹ 4x4 ਆ ਜੀ, ਅਤੇ ਟਰੈਕਟਰ ਪਰ ਆਇਆ ਹੋਇਆ ਚੋਬਰ, ਮੋਟਰ ਚੱਲਦੀ ਆ ਹੁਣ, ਇੱਧਰ ਦੇਖਦੇ ਕਿੱਧਰ ਗਿਆ ਹੋਇਆ, ਅਤੇ ਤੁਹਾਨੂੰ ਮਿਲਾਉਂਦੇ ਆ ਜੱਸ ਨਾਲ ਵੀ। ਉਰੇ ਬਾਈ ਇਹਨਾਂ ਦੀ ਪਾਈਪ ਲਾਈਨ ਦਵਾਈ ਹੋਈ ਆ, ਦੋ ਮੋਟਰ ਆਏ, ਇੱਕ ਮੋਟਰ ਆ ਇੱਧਰ ਆ, ਇੱਕ ਇੱਧਰ ਆ, ਦੋ ਮੋਟਰ ਆਏ, ਦੋਹੇ ਚੱਲਦੀਆਂ। ਆਹ ਗੰਨਾ ਲਾਇਆ ਹੋਇਆ ਬਾਈ ਉਰੇ ਹੈਗੀ, ਮੈਂ ਕਹਿੰਦਾ ਇਹਨਾਂ ਦੀ ਜੇ ਜ਼ਿਆਦਾ ਨਹੀਂ ਤਾਂ 20 ਕੁ ਕਿੱਲੇ ਹੋਣਗੇ ਬਾਈ ਉਰੇ ਇਹਨਾਂ ਦੇ, ਘਰ ਦੀ ਜ਼ਮੀਨ ਆ ਸਾਰੀ, ਬੂਟੇ ਆ ਬਾਈ ਉਰੇ ਜ਼ਿਆਦਾਤਰ, ਹੈ ਨਾ ਤੁਸੀਂ ਦੇਖ ਰਹੇ ਸਾਰੇ ਬੂਟੇ ਆ, ਇੱਧਰ ਉਹ ਪਿੱਛੇ ਤੱਕ ਬੂਟੇ ਬੂਟੇ ਲੱਗੇ, ਇੱਧਰ ਸਾਈਡ ਪਰ ਵੀ ਬੂਟੇ ਹੀ ਆ, ਗੰਨਾ ਹੈ ਬੂਟਿਆਂ 'ਚ, ਆਹ ਬਾਜਰਾ ਬੀਜਿਆ ਪਰਸੋਂ ਚੌਥੇ, ਅਤੇ ਉਹ ਕਿਹਾ ਆਪਦੇ ਆਪੇ ਚਲੇਗਾ ਇਕੱਲਾ ਹੀ, ਕਹਿੰਦਾ ਮੈਂ ਇਕੱਲਾ ਹੀ ਚਲੇ ਗਿਆ ਤਾਂ ਫੋਨ ਕਰਿਆ ਹੁਣ ਮੈਂ, ਅਤੇ ਨਾਲ ਬਈਏ ਲੈ ਗਿਆ ਹੁਣ, ਮੈਂ ਕਿਹਾ ਚੱਲ ਮੈਂ ਵੀ ਆਉਂਦਾ ਉੱਧਰ ਨੂੰ। ਉਹ ਜ਼ਮੀਨ ਬਾਈ ਠੇਕੇ ਪਰ ਇਹਨਾਂ ਕੋਲ, ਉਹ ਹੈਗੇ 12-13 ਕਿੱਲੇ ਜ਼ਮੀਨ ਆ, ਉਹ ਵੀ ਠੇਕੇ ਪਰ ਸਾਰੀ ਇਕੱਠਾ ਹੀ ਟੱਕ ਆ, ਅਤੇ ਉੱਧਰ ਕਹਿੰਦਾ ਮੋਟਰ ਖੜ ਗਈ ਤੀ, ਉਹ ਤਾਂ ਫਿਊਜ ਲਾਉਣ ਚੱਲੇ ਗਿਆ, ਜਿਹਨੇ ਮੈਨੂੰ ਫੋਨ ਕਰਕੇ ਬੁਲਾਇਆ ਤਾਂ ਕਹਿੰਦਾ ਫਿਊਜ ਲਾਉਣ ਆ ਜੀ ਯਾਰ ਆਪਾਂ ਵੀ ਦੋਹੇ ਜਣੇ ਚੱਲਾਂਗੇ, ਅਤੇ ਹੁਣ ਬਾਈ ਇਹਨੂੰ ਲੈ ਕੇ ਲੰਘ ਗਿਆ, ਮੈਂ ਕਹਿੰਦਾ ਉਹ, ਅਤੇ ਮੈਂ ਵੀ ਹੁਣ ਉੱਧਰ ਨੂੰ ਜਾਂਦਾ, ਨਹੀਂ ਤਾਂ ਆਪਾਂ ਨੂੰ ਘੁੰਮ ਕੇ ਜਾਣਾ ਪੈਣਾ, ਇੱਥੇ ਵਿੱਚ ਨੂੰ ਰਸਤਾ ਹੈਗਾ ਹੈ, ਆਪਾਂ ਵਿੱਚ ਨੂੰ ਲੰਘ ਜਾਣਾ, ਦੂਈ ਪਹੀ ਪਰ ਚੜ੍ਹ ਜਾਣਾ ਜਾ ਕੇ, ਨਹੀਂ ਤਾਂ ਜੇ ਮੋਟਰਸਾਈਕਲ ਪਰ ਜਾਂਦੇ ਤਾਂ ਆਪਾਂ ਨੂੰ ਪਿੰਡ ਵਿੱਚ ਦੁਬਾਰਾ ਪਿੰਡ ਜਾ ਕੇ ਫਿਰ ਘੁੰਮ ਕੇ ਆਉਣਾ ਪੈਣਾ, ਆਏ ਹੋਏ ਇਹਨਾਂ ਦੇ ਸਾਰੇ ਹੀ ਆ, ਸਾਰੇ ਬੂਟੇ ਲੱਗੇ ਹੋਏ ਬਾਈ ਉਰੇ ਟੋਟਲੀ, ਉਹ ਸਿਰੇ ਤੱਕ ਇੱਧਰ ਆਹ ਗੰਨਾ ਲਾਇਆ ਹੋਇਆ, ਇਹਨਾਂ 'ਚ ਬਾਜਰਾ ਬੀਜਿਆ ਤਾ ਪਰ ਮੀਂਹ ਨਾਲ ਹੋ ਗਿਆ ਜੀ, ਬਾਜਰਾ ਬੀਜਿਆ ਤਾ ਮਤਲਬ ਹੋਇਆ ਨਹੀਂ, ਮੀਂਹ ਪੈ ਗਿਆ ਉਹਦੇ ਕਰਕੇ ਖਰਾਬ ਹੋ ਗਿਆ ਤਾ, ਹੁਣ ਦੁਬਾਰਾ ਬੂਟਿਆਂ ਨੂੰ ਪਾਣੀ ਪੂਣੀ ਲੱਗਿਆ ਪਰ ਲਾਇਆ ਪਾਉਣੀ ਕਰੀ ਹੋਈ ਆ, ਹੁਣ ਦੁਬਾਰਾ ਇਹ 'ਚ ਕਣਕ ਬੀਜੂੰਗੇ ਜਾਂ ਜਵੀ ਬੀਜੂੰਗੇ ਕੁਛ, ਹੈ ਨਾ, ਅਤੇ ਚੱਲਦੇ ਵੀ ਜੱਸ ਕੋਲ ਨੂੰ, ਤੁਹਾਨੂੰ ਮਿਲਾਉਂਦੇ ਜੱਸ ਨਾਲ। ਅਤੇ ਲਓ ਜੀ ਬਾਈ ਦੇਖੋ ਉੱਪਰ ਚੱਲਦਾ ਪੱਖਾ, ਥੱਲੇ ਬੰਦਾ ਟੌਰ ਨਾਲ ਬੈਠਾ ਹੈ, ਹੈ ਜੱਸ ਹੋਰ ਕਿਆ ਨਜ਼ਾਰਾ ਬਾਈ, ਦੇਖੋ ਪੱਖਾ ਲਾਇਆ ਹੋਇਆ ਬਾਈ ਉੱਪਰ, ਪੱਖਾ ਚੱਲਦਾ ਥੱਲੇ ਆਪਣਾ ਟੌਰ ਨਾਲ ਬੈਠਾ ਰਹਿੰਦਾ ਇਹ, ਅਸੀਂ ਤਾਂ ਹੀ ਕਹੀ ਜਾਂਦਾ ਕਹਿੰਦਾ ਜਦ ਮਰਜ਼ੀ ਹੋਰ ਗੱਲ ਬਾਈ ਮੋਟਰ ਪਰ, ਹੈ ਹੁਣ ਜਾਣਾ ਵੀ ਕਿੱਥੇ ਹੈ, ਇਹ ਤਾਂ ਹੈ ਉਹ ਤੇਰੇ ਯਾਰ ਜਿਹਦੀ ਖਾਸੀ ਖਰਾਬ ਆ ਜੱਸ, ਹੈ ਨਾ ਅੰਬ ਵਾਲੇ ਖੇਤ ਵਾਲੀ, ਉਹਦੇ ਖਾਸੇ ਬੂਟੇ ਛੋਟੇ ਰਹਿ ਗਏ, ਉਹ 'ਚ ਜ਼ਿਆਦਾ ਆ ਨਾ, ਕਹਿੰਦੇ 26 ਨੂੰ ਜਮਾ ਹੀ ਨਹੀਂ ਲਾਗ ਵਾਲਾ 26 ਆ, ਇਹ ਲਾਉਣ ਵੀ ਇੱਕ ਨਾ ਇੱਕ ਫਾਂਟ ਜੀ, ਜਿਹੜਾ ਇੱਧਰ ਵਾਲਾ ਹੈ ਇੱਧਰ ਵਾਲੇ ਖੇਤ 26 ਆ, ਹਾਂ ਉਹ 'ਚ 26 ਆ ਜੀ ਪਨੀਰੀ ਦੀ, ਹਾਂ 26 ਆ ਸਾਰੀ, ਹੁਣ ਦੇਖ ਲਾ ਉਹਨੂੰ ਵੀ ਕਿੰਨੀ ਹੋਈ ਜੀ, ਖਾਸਾ ਆਏ ਨਾ, ਮੈਂ ਤਾਂ ਹੁਣ ਆਏ ਕਿੰਨੇ ਦਿਨਾਂ ਬਾਅਦ ਆ ਜਿੱਧਰ ਨੂੰ, ਉਹ ਵੀ ਮੈਂ ਫੋਨ ਕਰਿਆ ਤਾਂ, ਨਹੀਂ ਤਾਂ ਮੈਂ ਆਉਣਾ ਹੀ, ਆਹ ਇੱਥੇ ਰਹੀਦਾ ਆਪਾਂ,
ਭਾਈ ਹੁਣ ਪਤਾ ਲੱਗਿਆ ਉਦੋਂ ਦੀ ਮੈਂ ਗੌਰ ਹੀ ਨਹੀਂ ਕਰੀ ਵੀ ਆਹ ਆਹ ਚੀਜ਼ ਦਾ ਰਾਜ ਆ ਆਹ ਰਾਜ ਆ ਰਿਹਾ ਮੋਟਰ ਬੈਠਣੇ ਦਾ ਹਨ ਭਾਈ ਫਾਇਦਾ ਹੈ ਨਾ ਫਾਇਦਾ ਜੀ ਫਾਇਦਾ ਆ ਦੇਖ ਥੱਲੇ ਆਪਣਾ ਬੈਡ ਪੱਕਾ ਹੀ ਰੱਖਿਆ ਹੋਇਆ ਬੈਡ ਪੱਕਾ ਭਾਈ ਆ ਕੇ ਸਵੇਰੇ ਆਪਣਾ ਉਹਦੇ ਕੱਪੜਾ ਮਾਰੀਦਾ ਏ ਕੌਰ ਨਾਲ ਉਹਦੇ ਬੈਠੀ ਭੁੱਖ ਲੱਗਦੀ ਘਰ ਜਾ ਕੇ ਰੋਟੀ ਰੋਟੀ ਖਾਇਆ ਹੀ ਨਹੀਂ ਆ ਨਾ ਫੇਰ ਆ ਜੀ ਫੇਰ ਆਪਣਾ ਉਹਦੇ पानी वास्ते ਟੋਬੇ ਵਾਲਾ ਦੇਖਦੇ ਆ ਉਹ ਵੀ ਹਲੇ ਚਲਾ ਕੇ ਉਹਨਾਂ ਡੀਕਦੇ ਅਮਲਾ ਦੀ ਉੱਥੇ ਖੜੇ ਹੋਏ ਤੇ ਆਏ ਨਹੀਂ ਜਾਣਾ ਪੈਣਾ ਉਹਨਾਂ ਕੋਲ ਵੀ ਬਚਲ ਵਾ ਕੇ ਆਪਣਾ ਫੇਰ ਉਹ ਲੈਣ ਆ ਜਾਣਾ ਕਿਹੜੇ ਖੇਤਾਂ ਮੈਂ ਡਾਇਆ ਪਾਉਣਾ ਹੁਣ ਤਾਂ ਡਾਇਆ ਫਰੀ ਦਾ ਹੈ ਫਰੀ ਵਾਲਾ ਡਾਇਆ ਉਹ ਬੂਟਿਆਂ ਨੂੰ ਪਾਣੀ ਛੱਡਣਾ ਉਹਦਾ ਮੋਟਰਾਂ ਦਾ ਜੀਜੀ ਦਾ ਹੀ ਨਹੀਂ ਪਾਣੀ ਪੂਰਾ ਹੁੰਦਾ ਆਹ ਗੰਨਾ ਵੀ ਤੇਰਾ ਸੁੱਕਿਆ ਬਾਈ ਇਹਨੂੰ ਨਹੀਂ ਲਾਇਆ ਪਾਣੀ ਇਹ ਤਾਂ ਵੱਢਣਾ ਡੰਗਾਂ ਨੂੰ ਪਾੜਨਾ ਸਾਰੀ ਆਹ ਦੋ ਕਿਆਰੇ ਸਾਰੀ ਖੇਤੀ ਸਾਰੀ ਹੋਇਆ ਹੀ ਨਹੀਂ ਕੁਛ ਜਾਂ ਬੀਜਿਆ ਉਹਦੇ ਬਈਏ ਰਹਿੰਦੇ ਤੇ ਜਦ ਬਈਆਂ ਨੇ ਮੋਟਰ ਚਲਾ ਤੀ ਬੀਜ ਕੇ ਮੈਂ ਘਰ ਨੂੰ ਗਿਆ ਮਗਰ ਸਾਰਾ ਐਨ ਗੱਡੂ ਬੁਲਾ ਤੇ ਇਹਦੇ ਚੱਲ ਜਦ ਤਵੀਆਂ ਤੁਵੀਆਂ ਫੇਰ ਕੇ ਮਾੜਾ ਉੱਪਰ ਤੇ ਜਿਹੜੀ ਕੰਡ ਜੀ ਹੋਈ ਵੀ ਤੀ ਭੰਨਤੀ ਸਾਰੀ ਟੂਟਾ ਬੇਟਰ ਪਤਲਾ ਪਤਲਾ ਫੇਰ ਕੇ ਦੁਬਾਰੇ ਫਿਰ ਮੀਂਹ ਨਹੀਂ ਹਟਿਆ ਗੰਨਾ ਹੋਇਆ ਹੀ ਨਹੀਂ ਜੀ ਕੁਛ ਵੀ ਆਹ ਦੋ ਤਿੰਨ ਗੈਰ ਤਾਂ ਜਮੀ ਮਰ ਗਏ ਤਾਂ ਨਹੀਂ ਠੀਕ ਆ ਆਹ ਤਾਂ ਬਾਈ ਦੇਖ ਲਓ ਛਿੱਦੇ ਆ ਨਾ ਆਹ ਦੋ ਕਹਿ ਰਹੇ ਆ ਮੂਹਰੇ ਇੱਕ ਆਹ ਇੱਕ ਨਾਲ ਪਰ ਤਾਂ ਠੀਕ ਆ ਹਲੇ ਉਹ ਵੀ ਪਰ ਵੱਢ ਦੇਣਾ ਸਾਰਾ ਇਹ ਚ ਬਰਸੀਨ ਨਾਲ ਜਵੀ ਉਹ ਵੀ ਵੇਚ ਦੂ ਆਹੋ ਡੰਗਰਾਂ ਨੂੰ ਪਾ ਲੂੰਗੇ ਬਾਕੀ ਡੰਗਰਾਂ ਨੂੰ ਪਾ ਦੇਣਾ ਆਪਾਂ ਵੱਢ ਕੇ ਸਾਰਾ ਚਾਵੇ ਚੱਲੀਏ ਆਪਾਂ ਦੇਖੀਏ ਖੜਾ ਉਹ ਵੀ ਡੀਕਦੇ ਹੋਣੇ ਆ ਟੋਬੇ ਵਰ ਲੈ ਪਾਈਏ ਡਾਇਆ ਹੁਣ ਡਾਇਆ ਚਲੋ ਜੀ ਫਿਰ ਚੱਲੀਏ ਫਿਰ ਉਦੋਂ ਚਲੋ ਫਾਟੀ ਲਈ ਜਾ ਪੂਰਾ ਭਰ ਯਾਰ ਸਿਰੇ ਤੱਕ ਪਾਈਪ ਨੂੰ ਕੀ ਕਰਦਾ ਮਿੱਠੂ ਤੂੰ ਉਹ ਮਿੱਠੂ ਕੀ ਕੰਮ ਆ ਤੇਰੇ ਇਹ ਕੀ ਹੈ ਇੰਜਨ ਨੂੰ 50 ਗੇਰੇ ਦਿੱਤਾ ਹਾਂ ਬੜਾ ਮੁਸ਼ਕਿਲ ਦਾ ਸਟਾਰਟ ਹੋਇਆ ਜੇ ਸਟਾਰਟ ਹੋ ਗਿਆ ਹੁਣ ਪਾਣੀ ਨਹੀਂ ਚੜਦਾ ਚਲੋ ਉਹਨੂੰ ਪਾਈਪ ਨੂੰ ਪੂਰਾ ਭਰ ਸਿਰੇ ਤੱਕ ਲੰਬਾ ਚੌੜਾ ਸੀ ਨਾ ਮੇਰੇ ਤਾਂ ਹਾਂ ਮੈਂ ਤਾਂ ਵੀ ਸਿਰ ਢਾਕ ਲਵਾਂ ਹੈ ਨਾ ਚਲੋ ਆਦੇ ਮੈਨੇ ਤਾਂ ਢਾਕ ਲਿਆ ਦੇਖ ਆਦੇ ਇਹ ਕਿਹੜਾ ਤਾਲਾ ਸਿਰ ਪਰ ਹੁੰਦਾ ਹੈ ਨਾ ਢਕਣਾ ਪੈਂਦਾ ਪਾਣੀ ਪੜਦਾ ਹੈ ਹਾਂ ਕਰ ਜਾ ਟੀਪ ਲਾਈ ਜੀ ਚੱਲ ਪਾਓ ਕਰ ਜਾ ਟੀਪ ਲਾਈ ਜੀ ਟੀਪ ਲਾਉਂਦੇ ਸਾਰੇ ਪਾਣੀ ਇੱਧਰ ਹੁੰਦਾ ਉਹ ਮਾੜਾ ਮਾੜਾ ਪਾਈ ਓਏ ਟੀਪ ਲਈਏ ਦੇਖ ਲੈ ਉਧਰ ਤੇਲ ਪਾਉਣ ਵਾਲੀ ਮਾ ਕਿਤੇ ਬੋਤਲ ਲਈ ਫਿਰਦੇ ढोल झाड़ते करते खाली दो निकला दोनों ढोल दे ਸਾਨੂੰ ਤਾਂ ਵੇਚਦਾ ਛੇੜ ਦੇਣ ਭਰਾਉਣੇ ਪੈਣੇ ਹੁਣ ਇੱਥੇ ਪਾਣੀ ਨਿਕਲਣ ਲੱਗੇ ਜੈਂਡੋਰੀ ਕੋ ਕਿਥੇ ਔਰੇ ਤਾਂ ਨਿਕਲਣਾ ਹੀ ਆ ਜੈਂਡੋਰੀ ਕੋ ਨਿਕਲਦਾ ਯਾਰ ਇੱਥੇ ਤਾਂ ਨਿਕਲਣਾ ਹੀ ਨਿਕਲਣਾ ਪਾਣੀ ਤਾਂ ਖੜਿਆ ਗਿਆ ਇਹਨਾਂ ਨੇ ਥੱਲੇ ਫੇਚੂ ਜਾਣਾ ਖੜੋ ਨਾ ਬਸ ਬਾਲਟੀ ਦੋ ਲੈ ਆਉਣੀਆਂ ਤੀਆਂ ਬਾਲਟੀਆਂ ਦੇਖਣ ਪਾ ਤਾਂ ਡੰਡੇ ਨਾਲ ਫੜ ਕੇ ਦੱਬਦਾ ਇੱਥੇ ਕੀ ਕਰਨਾ ਬਾਲਟੀ ਦੋ ਬਾਲ ਜਿਕਣਾ ਹੁਣ ਜਿੰਨੇ ਤੂੰ ਉਹ ਕਰਦਾ ਜਾਨੂੰ ਦੂਈ ਬਾਲਟੀ ਭਰ ਲੈ ਕਰ ਬਾਲਟੀ ਡੰਡਾ ਵੀ ਕੋਲ ਰੱਖਿਆ ਵਾ ਡੰਡੇ ਦੇ ਵਿੱਚ ਫਸਾ ਕੇ ਬਾਲਟੀ ਥੱਲੇ ਦੱਬਦਾ ਆਹ ਸਾਡੇ ਹੀ ਬਹੁਤ ਹੋ ਗਏ ਕੱਖ ਜਾਣਾ ਇਹ ਤਾਂ ਜੀ ਇੱਕ ਜੜ ਜੀ ਵੀ ਹੋ ਜਾਵੇ ਬਸ ਜਦੇ ਫੈਲ ਜਾਂਦੇ ਹਾਂ ਇਹ ਤਾਂ ਹੈਗਾ ਜੀ ਅੱਗੇ ਨਹੀਂ ਸਿੱਟੀ ਨੇ ਇਹਦੇ ਖੜਨਾ ਤਾਂ ਦੂਈ ਰੱਸੀ ਆ ਕੋਈ ਕੱਚਾ ਚਲ ਪਹਿਲਾਂ ਕਿਉਂ ਕੜੀ ਰੱਸੀ ਖੜਿਆ ਕਰਦੀ ਇਹਦੇ ਨਾਲ ਥੋੜੀ ਖੜਨਾ ਇਹਨੇ ਉਹ ਇਹਦਾ ਤਿਲਕ ਕੇ ਉੱਪਰ ਨੂੰ ਆਈ ਜਾਣਾ ਅੱਗੇ ਕੜੀ ਜਨ ਰੱਸਾ ਥੱਲੇ ਤਾਂ ਕਰੂਗਾ ਜੀ ਖੜੂਗੇ ਨਹੀਂ ਖੜਨਾ ਹੀ ਨਹੀਂ ਪਲਾਸਟਿਕ ਵਾਲਾ ਆ ਚੱਲ ਦੇਖਦੇ ਆ ਇਹਨੂੰ ਮੈਂ ਕਹਿੰਦਾ ਬਾਹਰ ਕੱਢ ਕੇ ਦੇਖ ਯਾਰ ਇਹਦੇ ਮੂਹਰੇ ਕੁਛ ਲੱਗਿਆ ਪਤਾ ਨਹੀਂ ਹੈਗਾ ਤਾਂ ਹੀ ਨਹੀਂ ਪਾਣੀ ਚੱਕਦਾ ਇਹ ਨਹੀਂ ਤਾਂ ਇਹਨੂੰ ਦੋ ਕੁ ਵਾਰਾਂ ਉੱਪਰ ਥੱਲੇ ਖੜਾ ਜਦੇ ਪਾਣੀ ਭਰ ਜਾਂਦਾ ਇਹ 'ਚ ਤਾਂ ਵਿੱਚ ਨਾ ਗਿਰ ਜੀ ਨਵਾਂ ਵਿਆਹ ਛੇੜਨਾ ਵੀ ਨਹੀਂ ਤਾਂ ਕਹਿੰਦਾ ਮੈਨੂੰ ਤੈਰਨਾ ਵੀ ਨਹੀਂ ਆਉਂਦਾ ਖਿੱਚਾ ਜੇ ਰੱਸੀ ਟੁੱਟ ਗਈ ਨਾ ਦੋਹਾਂ ਨੇ ਵਿੱਚ ਜਾ ਕੇ ਖੜਨਾ ਯਾਰ ਹੱਥ ਨਾਲ ਫੜ ਲਓ ਪੈਪ ਨੂੰ ਰੱਸੀ ਨਾਲ ਕਿਆ ਖਿਚਾਉਣਾ ਤਾਂ ਖੇਡਾਂ ਲੱਗੇ ਪਿਆ ਕਰਨ ਛੱਡ ਦੇ ਬਾਹਰ ਕੱਢ ਲੈ ਪੈਪ ਨੂੰ ਇਹਨੂੰ
जोर पूरा लग गया है निकलती पैर जिदा बरसात का इथी पे ना ये जिन्ना कटदे जिन्ना बाहर नूं कटदे उन्ना ही फेर बिच चले जांदा हे पैर रख ला रंभ तेन क्या लंबू हाँ हूँ खिच न बाहर गाल कट दे सारी ओरी रंभ करो एक ने रहा बाल्टी पानी दी इधर आ जाने नहीं यार पैप चक दे पैप थले पानी है थले पानी है पैप चाहिए पैप चक उपर सारा पानी निकल जाना बाहर यार आ क्या हिसाब किताब कर एक पैर चप्पल पाई हुई एक नंगे पैरी फिर तू गर्मी नहीं लग गई नहीं चकता पानी च गाद भरी हुई है देखी हल वेटता सारा ही मिठू लाती करीब साबुन लगा साबन डिटॉल बाल्टी चक इधर पास पानी सौखा पै जाना उपर नू चके ताना जगह इन लाया करिए लंबू इहदा बूझा बहुत तकड़ा है तू बेचना गिर जी उठ खड़ा अड भी होना दाते फड़ के रख पैप नू हलना छड़ी हलाल दाले नू पहला बेल जी नू किते मूरे बेल जी लगी भी रह जावे चल चल हुण हुण पाओ पानी च भर दो हुणी नू आ जा भाई अज चक लूगा पानी इह कि नहीं चका देना हुण चकाऊगा है आ डंडा तां उत्थे रह गया तेरा पानी कहदे नाल भरूंगा ले कट जा मैं फड़ा पानी भरने का है डंडे डंडे लंबू नू साह चढ़ गया है लंबू बैठा दे ला किवें है एक बाल्टी मैं कहना सिर च पा मिठू तेरा कह रहा लंबू ओ लंबू फिर ओही कहना ठंडा हो जूंगा तू देखता ला के पैप भर गई दो बाल्टियां पा लिया मैं मारदा हैंडल फरी उन्हें डंडा गेर लिया उन्हें टोबे का कम भाई बहुत घेंट करे हुआ सारा ही पक्का है हाँ जी सरपंच साहब क्या विचार थोड़े टोबे बारे देखो विचार चल रहे जब देखा मैं हैंडल मारा इधर पा ला एक अद्धी बाल्टी होर पा ला समान कर लो कट्ठा शाम नू देख लूंगा कहूं दोपहरे च करना नहीं आए कर शाम नू चला के देख लूंगे कंधे तो दो हो गया अजे तक कुछ नहीं होया ओ क्या पता हुणी दा क्या चक्कर आ आ भी तू आए है ना एरे च ना कुछ फसया होवे यार खोल के देख लूंगा शाम ठंडे होए हुण कहूं तू पा मैं खोजण ना पाने नहीं रात सारी रात चली जाऊगा नहीं कल उस दिन चला दूंगे सवेरे ठीक नहीं हूँ कहू खजल होना यार धुप्पा देख ला कि उपर ते ठंड बहुत हाँ हाँ वो देख ला
ਭਜਿਆ ਪਿਆ ਗਰਮੀ ਨੇ ਲੰਬੂ ਦੇ ਨਾ ਪਾਣਾ ਨਹੀਂ ਸਿਰ ਪੱਤੇ ਚੱਕਦਾ ਹੀ ਜਿਹਨੇ ਸਕੋਰ ਪੈਂਦਾ ਚੱਕ ਲੈਂਦਾ ਹੈ ਆ ਚੱਕ ਲੈ ਹੈਂਡਲ ਚੱਕ ਲੈ ਇਹਨੂੰ ਐ ਕਰੋ ਅਸੀਂ ਮੋਟਰ ਪਰ ਰੱਖ ਦੋ ਸਮਾਨ ਨੂੰ ਆਹੂਰੀ ਰੱਖ ਲਓ ਮੋਟਰ ਪਰ ਲੰਘ ਚਲੋ ਮੋਟਰ ਤੈਨੂੰ ਆ ਗਿਆ ਚੱਲ ਫੇਰ ਚੱਲੀਏ ਦੂਆ ਮੋਟਰ ਕਰਾਂ।